ਜਲੰਧਰ ਵੈਸਟ ਦੇ ਜਿਹੜੇ ਬਾਈ ਇਲੈਕਸ਼ਨ ਹੈ ਇਸ ਸਮੇਂ ਚੋਣਾਂ ਪ੍ਰਚਾਰ ਜਿਹੜਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈ ਸ਼ੀਤਲ ਅੰਗਰਾਲ ਜੀ ਉਹ ਇੱਥੋਂ ਚੋਣਾਂ ਲੜ ਰਹੇ ਨੇ। ਸਾਡੇ ਨਾਲ ਦਿਨੇਸ਼ ਬੱਬੂ ਜੀ ਹੈ। ਦਿਨੇਸ਼ ਬੱਬੂ ਜੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਵੀ ਸ਼ੀਤਲ ਅੰਗਰਾਲ ਜੀ ਦੇ ਪ੍ਰਚਾਰ 'ਚ ਸ਼ਾਮਿਲ ਹੋਣ ਲਈ ਆਏ। ਸਰ, ਤੁਸੀਂ ਸ਼ੀਤਲ ਅੰਗਰਾਲ ਜੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ? ਦੇਖੋ, ਮੈਂ ਤਾਂ ਪਾਰਟੀ ਵੱਲੋਂ 42 ਨੰਬਰ ਜਿਹੜਾ ਵਾਰਡ ਹੈ ਨਾ ਜੀ, ਜੀ ਉਹਦੇ 'ਚ ਡਿਊਟੀ ਲੱਗੀ ਹੈ ਜੀ। ਮੈਂ ਕੱਲ੍ਹ ਵੀ ਗਿਆ, ਅੱਜ ਵੀ ਸ਼ਾਮ ਦੇ ਪ੍ਰੋਗਰਾਮ ਉੱਥੇ ਆਏ ਜੀ। ਔਰ 42 ਨੰਬਰ ਵਾਰਡ 'ਚ ਮਤਲਬ ਬਹੁਤ ਵਧੀਆ ਪੁਜੀਸ਼ਨ ਹੈ। ਚਲੋ, ਅੱਛੀ ਗੱਲ ਹੈ ਜੀ। ਔਰ ਬਾਕੀ ਵੀ ਪਾਰਟੀ ਦੇ ਲੋਕ ਸਭ ਮਿਹਨਤ ਕਰੇਗੇ ਜੀ, ਔਰ ਲਗਭਗ ਪੂਰੇ ਪੰਜਾਬ ਤੋਂ ਜੀ ਕਾਫੀ ਲੋਕ ਜਿਹੜੇ ਇੱਥੇ ਆ ਇਸ ਸ਼ੀਤਲ ਜੀ ਦੇ ਹੱਕ 'ਚ ਆਏ ਨੇ ਜੀ। ਔਰ ਮੈਂ ਵੀ ਇੱਥੇ ਲਗਾਤਾਰ 2-3 ਦਿਨ ਤੋਂ ਲਗਾਤਾਰ ਆਇਆ ਜੀ, ਔਰ ਬਹੁਤ ਵਧੀਆ ਮਾਹੌਲ ਹੈ। ਔਰ ਇਹ ਚੁਣਾਵ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜਿੱਤ ਹਾਸਲ ਕਰੇਗੀ। ਦਿਨੇਸ਼ ਜੀ, ਮੈਂ ਜਿਹੜਾ ਹਿਸਾਬ ਕਿਤਾਬ ਲਗਾਇਆ, ਮੈਂ ਪੰਜਾਬ ਦੀ ਪੂਰੀ ਕੈਬਨਿਟ, ਪੂਰੀ ਸਰਕਾਰ ਆ ਕੇ ਆਮ ਆਦਮੀ ਪਾਰਟੀ ਦੀ ਇੱਥੇ ਬੈਠੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਆਪ ਸਪੈਸ਼ਲ ਇੱਥੇ ਆਏ ਹੋਏ ਨੇ, ਉਹਨਾਂ ਨੇ ਕੋਠੀ ਵੀ ਇੱਥੇ ਲੈ ਲਈ ਆ, ਆਪਣੀ ਰਿਹਾਇਸ਼ ਉਹਨਾਂ ਨੇ ਕੁਝ ਦਿਨ ਲਈ ਜਿੰਨਾ ਤੱਕ ਇਲੈਕਸ਼ਨ ਹੈਗਾ ਉਹ ਚੰਡੀਗੜ੍ਹ ਤੋਂ ਜਲੰਧਰ ਸ਼ਿਫਟ ਕਰ ਲਈ ਆ। ਔਰ ਇੰਨਾ ਹੀ ਨਹੀਂ, ਆਪਾਂ ਇਹ ਕਹਿ ਸਕਦੇ ਹਾਂ ਵੀ ਸਰਕਾਰ ਹੀ ਜਿਹੜੀ ਚੰਡੀਗੜ੍ਹੋਂ ਚੱਲਦੀ ਸੀ ਉਹ ਇਸ ਸਮੇਂ ਜਲੰਧਰ ਆ ਕੇ ਬੈਠ ਗਈ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲੇ ਤਾਂ ਇਹ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2-2.5 ਸਾਲ 'ਚ ਕੀਤਾ ਕੁਛ ਨਹੀਂ ਜੀ। ਉਹਨਾਂ ਨੂੰ ਡਰ ਹੈ ਵੀ ਕਿੱਥੇ ਇਹ ਸੀਟ ਵੀ ਨਾ ਹੀ ਹਾਰ ਜਾਈਏ ਜੀ, ਇਸ ਕਰਕੇ ਭਗਵੰਤ ਮਾਨ ਜੀ ਚੰਡੀਗੜ੍ਹ ਛੱਡ ਕੇ ਜਲੰਧਰ 'ਚ ਬੈਠੇ ਨੇ ਕਰਕੇ ਜੀ। ਜੇਕਰ ਉਹਨਾਂ ਨੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਇੱਥੇ ਜਲੰਧਰ ਬੈਠਣ ਦੀ ਜ਼ਰੂਰਤ ਨਹੀਂ ਹੈ ਜੀ, ਇਸ ਕਰਕੇ ਉਹਨਾਂ ਨੂੰ ਡਰ ਹੈ ਕਿ ਇਹ ਸੀਟ ਵੀ ਨਾ ਕਿਤੇ ਹਾਰ ਜਾਏ ਕਰਕੇ। ਅੱਛਾ ਸਰ, ਸ਼ੀਤਲ ਅੰਗਰਾਲ ਜੀ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ MLA ਸੀਗੇ, ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਗਿਆ ਸੀ, ਜਿਸ ਕਰਕੇ ਇਹ ਬਾਈ ਇਲੈਕਸ਼ਨ ਹੋ ਰਿਹਾ ਅਤੇ ਲੋਕਾਂ 'ਚ ਐਸੀ ਵੀ ਜਾ ਰਿਹਾ ਅਤੇ ਲੋਕਾਂ ਦਾ ਥੋੜ੍ਹਾ ਜਿਹਾ ਇਹ ਵੀ ਕਹਿਣਾ ਹੈ ਕਿ ਸ਼ੀਤਲ ਅੰਗਰਾਲ ਜੀ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ, ਉਹਨਾਂ ਨੇ ਆਪਣੇ ਜਿਹੜਾ ਇਲਾਕਾ ਹੈਗਾ ਉਸਦੀ ਡਿਵੈਲਪਮੈਂਟ ਲਈ ਕੁਝ ਖਾਸ ਕੰਮ ਨਹੀਂ ਕੀਤੇ, ਜਿਸ ਤਰ੍ਹਾਂ ਦੀ ਥੋੜ੍ਹੀ ਜਿਹੀ ਨਾਰਾਜ਼ਗੀ ਹੈ ਉਹ ਸਾਹਮਣੇ ਆ ਰਹੀ ਹੈ। ਦੇਖੋ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿੰਨੇ MLA ਜਿੱਤਦੇ ਨਾ ਜੀ ਜੀ, ਸਾਰੀਆਂ ਸਭ ਦੇ ਵਿਧਾਨ ਸਭਾ 'ਚ ਨਾਰਾਜ਼ਗੀ ਹੈ। ਓਕੇ, ਕਿਉਂਕਿ ਕੰਮ ਤਾਂ ਪੂਰੇ ਪੰਜਾਬ 'ਚ ਕਿਤੇ ਵੀ ਨਹੀਂ ਹੋਇਆ। ਓਕੇ, ਔਰ ਸ਼ੀਤਲ ਜੀ ਜੇ ਆਪ ਛੱਡ ਕੇ BJP ਜਾਏ ਨਾ, ਉਹਦਾ ਕਾਰਨ ਇਹੋ ਹੀ ਹੈ ਕਿ ਉਹਦੇ ਵਿਧਾਨ ਸਭਾ 'ਚ ਵੀ ਨਾ ਜੀ ਡਿਵੈਲਪਮੈਂਟ ਨਹੀਂ ਹੋਈ ਸਕੀ। ਜਦੋਂ ਮੈਂ ਆਪਾਂ ਚਲੋ ਆਪਾਂ ਇਹ ਮੰਨ ਲੈਂਦੇ ਹਾਂ ਵੀ ਡਿਵੈਲਪਮੈਂਟ ਨਹੀਂ ਹੋਈ, ਹੁਣ ਜਦੋਂ ਆਪਾਂ ਜਦ ਇਹ ਮੰਨ ਲਈਏ ਵੀ ਜਲੰਧਰ ਵੈਸਟ ਤੋਂ ਸ਼ੀਤਲ ਅੰਗਰਾਲ ਜੀ ਜਦ ਚੁਣਾਵ ਜਿੱਤ ਜਾਂਦੇ ਆ ਤਾਂ ਵਿਰੋਧੀ ਧਿਰ 'ਚ ਜਾ ਕੇ ਬੈਠਣਗੇ ਅਤੇ ਫਿਰ ਇਸ ਇਲਾਕੇ ਦਾ ਇਸਦਮ ਵਿਕਾਸ ਫਿਰ ਰੁਕ ਜਾਏਗਾ। ਦੇਖੋ, ਆਉਣ ਵਾਲੇ ਚੁਣਾਵ ਦੇਖੋ ਇੰਪਰੂਵਮੈਂਟ ਦੇ ਜੀ ਚੁਣਾਵ ਆਉਣੇ ਨੇ ਜੀ, ਜਿੰਨੇ ਵੀ ਪੈਸੇ ਆਉਂਦੇ ਨੇ ਸੈਂਟਰ ਕੋਲ ਮਿਲ ਜਾਂਦੇ ਨੇ। ਅੱਗੇ ਵੀ ਕਿਹੜਾ ਪੰਜਾਬ ਨੂੰ ਜਿਹੜੇ ਕੋਈ ਪੰਜਾਬ ਜਿਹੜੀ ਸਰਕਾਰ ਆ ਕੋਈ ਕੰਮ ਕਰੇਗਾ ਜੀ, ਲੇਕਿਨ ਜਿਹੜੇ ਸੈਂਟਰ ਗਵਰਨਮੈਂਟ ਦੇ ਕੋਈ ਪੈਸੇ ਆਉਂਦੇ ਨੇ ਉਹਦੇ ਨਾਲ ਡਿਵੈਲਪਮੈਂਟ ਜਿਹੜੀ ਹੈ ਹੋ ਸਕਦੀ ਹੈ, ਕੋਈ ਮੁਸ਼ਕਿਲ ਗੱਲ ਨਹੀਂ ਕਰਕੇ। ਮੈਂ ਆਪਾਂ ਇਹ ਕਹਿ ਸਕਦੇ ਵੀ ਜਦੋਂ ਸ਼ੀਤਲ ਅੰਗਰਾਲ ਜੀ ਜਿਹੜੀ ਇੱਥੋਂ ਚੁਣਾਵ ਜਿੱਤ ਜਾਂਦੇ ਆ ਤਾਂ ਇੱਥੇ ਜਿਹੜੇ ਵਿਕਾਸ ਕੰਮ ਰੁਕੇ ਹੋਏ ਆ ਉਹ ਇੱਕ ਤਰ੍ਹਾਂ ਦੀ ਤੇਜ਼ੀ ਫੜ ਲੈਣਗੇ ਅਤੇ ਉਹ ਪੂਰੇ ਹੋਣਗੇ। ਲੋਕਾਂ ਦੇ ਜਿਹੜੇ ਵਾਅਦੇ, ਲੋਕਾਂ ਨਾਲ ਜਿਹੜੇ ਆਪਾਂ ਵਾਅਦੇ ਕਰ ਰਹੇ ਹਾਂ ਉਹਨਾਂ 'ਤੇ ਆਪਾਂ ਖਰੇ ਉਤਰਾਂਗੇ। ਦੇਖੋ, ਪੂਰੇ ਹੋਣਗੇ। ਦੇਖੋ, ਪਹਿਲੇ ਵੀ ਨਾ ਜੀ ਜਲੰਧਰ 'ਚ ਕਾਫੀ ਜ਼ਿਆਦਾ ਪੈਸੇ ਸੈਂਟਰ ਗੌਰਮੈਂਟ ਦਿੱਤੇ ਜੀ, ਉਹਦੀ ਇਨਕੁਆਇਰੀ ਵੀ ਹੋਈ ਕਰਦੀ ਕਿ ਉਹ ਪੈਸੇ ਜਿਹੜਾ ਉਹਨਾਂ ਦਾ ਦੁਰਪਯੋਗ ਹੋਇਆ ਜੀ। ਔਰ ਆਉਣ ਵਾਲੇ ਸਮੇਂ 'ਚ ਵੀ
ਅਗਰ ਸ਼ੀਤਲ ਜੀ ਬਣਦੇ ਨੇ ਤਾਂ ਮਤਲਬ ਸਮਝੋ ਕਿ ਜਲੰਧਰ ਦੀ ਡਿਵੈਲਪਮੈਂਟ ਜਿਹੜੀ ਹੋਏਗੀ। ਚਲੋ ਥੈਂਕ ਯੂ ਸਰ, ਧੰਨਵਾਦ। ਇਹ ਦਿਨੇਸ਼ ਬੱਬੂ ਜੀ ਸੀਗੇ। ਦਿਨੇਸ਼ ਬੱਬੂ ਜੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਨੇ ਔਰ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼ੀਤਲ ਅੰਗਰਾਲ ਜੀ ਜਦੀ ਜਲੰਧਰ ਵੈਸਟ ਤੋਂ ਚੁਣਾਵ ਜਿੱਤ ਜਾਂਦੇ ਆ ਤਾਂ ਸੈਂਟਰ ਗੌਰਮੈਂਟ ਦੇ ਫੰਡ ਲਗਾ ਕੇ ਇੱਥੇ ਦੇ ਜਿਹੜੇ ਵਿਕਾਸ ਦੇ ਕੰਮ ਰੁਕੇ ਹੋਏ ਵਿਕਾਸ ਦੇ ਕੰਮ ਹੈ ਉਹਨਾਂ ਨੂੰ ਸਿਰੇ ਚੜਾਇਆ ਜਾਏਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵਰਾਜ ਟੀਵੀ ਲਈ ਜਲੰਧਰ ਵੈਸਟ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।